ਦੇਸ਼ ਦੁਨੀਆ ਅੱਜ ਵਾਸਤੇ ਪੰਜਾਬੀਆਂ ਨੂੰ ਜੀ ਆਇਆਂ ਮੈਂ ਹਰਜਿੰਦਰ ਸਿੰਘ ਰੰਦਾਵਾ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਜਗਤਾਰ ਸਿੰਘ ਸਵਾਗਤ ਹੈ ਸਰਦਾਰ ਸਾਹਿਬ ਥੈਂਕ ਯੂ ਜੀ ਅੱਜ ਅਕਾਲੀ ਪੋਲਿਟਿਕਸ ਨੇ ਕੂਣੀ ਮੋੜ ਕੱਟਿਆ ਅੱਜ ਇੱਕ ਟਰਨਿੰਗ ਪੁਆਇੰਟ ਆ ਸਿੱਖ ਸਿਆਸਤ ਦਾ ਅੱਜ ਦਿੱਲੀ ਕਮੇਟੀ ਅੰਮ੍ਰਿਤਸਰ ਦੇ ਵਿੱਚ ਸੀ ਕਿਉਂਕਿ ਅਕਸਰ ਸ਼੍ਰੋਮਣੀ ਕਮੇਟੀ ਪੰਜਾਬ ਤੋਂ ਬਾਹਰ ਵਕਫ ਵਕਫ ਥਾਵਾਂ ਤੇ ਪ੍ਰਚਾਰ ਸੈਂਟਰ ਖੋਲਦੀ ਰਹੀ ਹੈ ਜਿਨ੍ਹਾਂ ਨੂੰ ਉਹ ਮਿਸ਼ਨ ਕਹਿੰਦੇ ਰਹੀ ਹੈ ਲekin ਅੱਜ ਜਦੋਂ ਧਰਮ ਪ੍ਰਚਾਰ ਲਈ ਦਿੱਲੀ ਕਮੇਟੀ ਅੰਮ੍ਰਿਤਸਰ ਤੋਂ ਇੱਕ ਵੱਡੀ ਮੁਹਿੰਮ ਲਾਂਚ ਕਰ ਰਹੀ ਸੀਗੀ ਤਾਂ ਸਿਆਸੀ ਸੋਚ ਰੱਖਣ ਵਾਲਿਆਂ ਨੇ ਪਰਵੱਟੇ ਚੱਕੇ ਕਿ ਕੀ ਇਹ ਸਿਰਫ ਪ੍ਰਚਾਰ ਹੈ ਜਾਂ ਅਕਾਲੀ ਦਲ ਲਈ ਕੋ ਬਹੁਤ ਵੱਡਾ ਥ੍ਰੈਟ ਆ ਕਿਉਂਕਿ ਸ਼੍ਰੋਮਣੀ ਕਮੇਟੀ ਦੀ ਚੋਣ ਬਰੂਹਾਂ ਤੇ ਖੜੀ ਆ ਪੇਸ਼ਬੰਦੀਆਂ ਹੋ ਰਹੀਆਂ ਨੇ ਔਰ ਕੀ ਇਹ ਸਾਰੇ ਵਿਰੋਧੀਆਂ ਨੂੰ ਬਦਲਕਿਆਂ ਦੇ ਖਿਲਾਫ ਇੱਕ ਮੰਚ ਮਿਲ ਜਾਊਗਾ ਸਾਧਨ ਮਿਲ ਜਾਣਗੇ ਪੂਰੀ ਸਟੇਟ ਵਿੱਚ ਵਿਚਰਨ ਦਾ ਇੱਕ ਤਰੀਕਾਕਾਰ ਹੈ ਕਿ ਇੱਥੋਂ ਸਿੱਖ ਸਿਆਸਤ ਬਦਲ ਜਾਏਗੀ ਇਹ ਬਹੁਤ ਵੱਡਾ ਸਵਾਲ ਹੈ ਔਰ ਖਾਸ ਤੌਰ ਤੇ ਸਿੱਖ ਧਰਮ ਦੇ ਪ੍ਰਚਾਰ ਦਾ ਮਸਲਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਰੌਲਾ ਪੈਂਦਾ ਰਿਹਾ ਕਿ ਧਰਮ ਦੀ ਕਨਵਰਸ਼ਨ ਜਿਹੜੀ ਹੈ ਖਾਸ ਤੌਰ ਤੇ 크ਰਿਸਚੀਅਨਿਟੀ ਦੇ ਉੱਤੇ ਜਿਹੜਾ ਇਲਜ਼ਾਮ ਲੱਗਿਆ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਸਿੱਖਾਂ ਨੂੰ 크ਰਿਸਚਨ ਬਣਾਉਣ ਵੱਲ ਪੇਸ਼ਕਦਮੀ ਪਹਿਲਕਦਮੀ ਕੀਤੀ ਹੋਈ ਆ ਭਾਜਪਾ ਦੇ ਇੱਕ ਵੱਡੇ ਲੀਡਰ ਨੇ ਇਲਜ਼ਾਮ ਵੀ ਲਾਇਆ ਸਰਦਾਰ ਸਾਹਿਬ ਮੈਂ ਇਹਨੂੰ ਮਹਿਜ ਧਰਮ ਪ੍ਰਚਾਰ ਵਜੋਂ ਹੀ ਮੰਨ ਲਵਾ ਜਾਂ ਇਹ ਪੋਲਿਟਿਕਸ ਵਿੱਚ ਸਿੱਖ ਪੋਲਿਟਿਕਸ ਵਿੱਚ ਇੱਕ ਮੋੜ ਵੀ ਹੋ ਸਕਦਾ ਹੈ ਇਥੋਂ ਸਥਾਪਿਤ ਧਿਰ ਨੂੰ ਵੱਡੀ ਚੁਣੌਤੀ ਮਿਲ ਸਕਦੀ ਹੈ ਬਾਦਲਿਆਂ ਦੀ ਜਿਹੜੀ ਰਹਿੰਦੀ ਖੁੰਦੀ ਮਾੜੀ-ਮੋਟੀ ਸਲਤਨਤ ਉਹਨੂੰ ਵੀ ਢਾਹ ਲੱਗ ਸਕਦੀ ਹੈ ਇਹਦੇ ਸਿਆਸੀ ਅਰਥ ਮੈਂ ਕੀ ਲਵਾਂ ਆਪਾਂ ਪਹਿਲੀ ਗੱਲ ਤਾਂ ਵੈਲਕਮ ਕਰਦੇ ਆਂ ਵੀ ਪੰਜਾਬ ਦੇ ਵਿੱਚ ਸਿੱਖ ਧਰਮ ਦੇ ਪ੍ਰਚਾਰ ਲਈ ਇੱਕ ਸੰਸਥਾ ਹੋਰ ਆ ਗਈ ਹੈ ਆਪਾ ਪਰਲਾ ਦਾ ਪਾਸਟਰ ਇਹਦਾ ਅਸਪੈਕਟ ਲਗੇ ਕਿ ਟਿੱਟਲ ਚੰਗੀ ਵਾਲਾ ਸਿੱਖ ਧਰਮ ਦਾ ਪ੍ਰਚਾਰ ਅੱਗੇ ਹੋਰ ਹੋਣ ਲੱਗਿਆ ਪਰ ਇਹ ਗੱਲ ਸਿਰਫ ਇੰਨੀ ਕੀ ਨਹੀਂ ਹੈ ਕਿ ਦਿਲਿਖ ਮਿੱਟੀ ਵਾਲੇ ਪੰਜਾਬ ਵਿੱਚ ਪ੍ਰਚਾਰ ਆਸਤੇ ਆ ਰਹੇ ਹੈ ਜਿਹੜੀ ਮਦਰ ਕਮੇਟੀ ਹੈ ਮੈਂ ਮਦਰ ਕਮੇਟੀ ਕਹੂੰਗਾ ਉਹ ਤਾਂ ਐਸਜੀਪੀਸੀ ਹੈ ਐਸਜੀਪੀਸੀ ਨੇ ਸੰਘਰਸ਼ ਇੰਨੇ ਕੀਤੇ ਲੜਾਈਆਂ ਲੜੀਆਂ ਤੇ ਸੱਸਾ ਕਾਨੂੰਨੀ ਬਣੀ ਸਭ ਕੁਝ ਹੋਇਆ ਤੇ 1947 ਤੋਂ ਬਾਅਦ ਵਿੱਚ ਜਿਹਨੇ ਸੰਘਰਸ਼ਾਂ ਲਏ ਗਏ ਉਹਦੇ ਵਿੱਚ ਅਹਿਮ ਰੋਲ ਐਸਜੀਪੀਸੀ ਅਕਾਲੀ ਦਲ ਦਾ ਔਰ ਉਹਨਾਂ ਸੰਘਰਸ਼ਾਂ ਦੇ ਵਿੱਚ ਦਿੱਲੀ ਦੇ ਅਕਾਲੀ ਦਲ ਦਾ ਬਹੁਤ ਅਹਿਮ ਰੋਲ ਰਿਹਾ ਹੈ ਦਿੱਲੀ ਕਮੇਟੀ ਦਾ ਬਹੁਤ ਬਾਤ ਵਿੱਚ ਵੱਧਦੀ ਹੈ 1975 ਦੇ ਵਿੱਚ ਵੱਧਦੀ ਹੈ ਕਿਸੇ ਜਵਾਨੇ ਦੇ ਵਿੱਚ ਇਹ ਦੋਵੇਂ ਹੀ ਕਮੇਟੀਆਂ ਸ਼ੁਰੂ ਬਣੇ ਅਕਾਲੀ ਦਲ ਕੋਲ ਹੁੰਦੀਆਂ ਸੀ ਤੇ ਹੌਲੀ ਹੌਲੀ ਅਲਟੀਮੇਟਲੀ ਜਿਹੜੋ ਅਕਾਲੀ ਦਲ ਕ੍ਰਿਸ਼ਿਚ ਆ ਗਿਆ ਸਪੈਸ਼ਲੀ ਜਦੋਂ ਪਹਿਲੀ ਸਪਲਿਟ ਹੁੰਦੀ ਹੈ ਟਾਣਾ ਸਾਹਿਬ ਨਾਲ ਬਾਦਲ ਸਾਹਿਬ ਦੀ 1999 ਦੇ ਵਿੱਚ ਉਹਨਾਂ ਦਿੱਲੀ ਕਮੇਟੀ ਦੀ ਸੈਪਰੇਟਾਈਜ਼ੀ ਤੇ ਉਦੋਂ ਟਾਣਾ ਸਾਹਿਬ ਨੇ ਪਰੰਡੀ ਸਰਰਾ ਸੀ ਦਿੱਲੀ ਕਮੇਟੀ ਵਾਲੇ ਇਹਨਾਂ ਨੂੰ ਸਲਾਹ ਦਿੱਤੀ ਸੀ ਵੀ ਤੁਸੀਂ ਆਪਣਾ ਅਕਾਰਿਦਲ ਦਾ ਮਜੂਦੂਦ ਕੋ ਖਰਾ ਹੀ ਰੱਖੋ ਤੁਸੀਂ ਨਾਲ ਨਾ ਬਣਾਓ ਜਦੋਂ ਬਾਅਦ ਦੇ ਵਿੱਚ ਦੁਬਾਰਾ ਮਿਲੇ ਸੋ ਇਹ ਇੰਡੀਪੈਂਡੈਂਟ ਸਿਆਸਤ ਦਿੱਲੀ ਦੀ ਆਪਣੇ ਚੱਲਦੀ ਰਹੀ ਹੈ ਦੇ ਲਿ ਕੁਬੇਟਰੀ ਬੰਨ ਨਾਲ ਜਿਹੜੇ ਦਿੱਲੀ ਦੇ ਸਿਕਸੀ ਇਹ ਇੱਕ ਨਵੇਂ ਪ੍ਰੈਸ਼ਰ ਗਰੁੱਪ ਦੇ ਰੂਪ ਵਿੱਚ ਉਭਰੇ ਤੇ ਉਹਨਾਂ ਨੇ ਹਰ ਪਾਰਟੀ ਨਾਲ ਦਿੱਲੀ ਦੇ ਵਿੱਚ 바ਰਗੇਨ ਕੀਤਾ ਆਪਣੇ ਇੰਟਰਸਟ ਲਈ ਔਰ ਜਿਹੜੇ ਪੰਜਾਬ ਤੋਂ ਬਾਹਰ ਹੈਗੇ ਐ ਸਿਕ ਉਹਨਾਂ ਨੂੰ ਕਰਨਾ ਵੀ ਚਾਹੀਦਾ ਕੋਈ ਮਾੜੀ ਕਰਨੀ ਜੀ ਨਹੀਂ ਤਾਂ ਉਹਨਾਂ ਦੀ ਆਵਾਜ਼ ਹੀ ਕੋਈ ਨਹੀਂ ਸੀਗੀ ਪਹਿਲਾਂ ਕਿਸੇ ਵੇਲੇ ਕਾਰੀਦਨ ਆਵਾਜ਼ ਹੁੰਦਾ ਸੀ ਲੇਕਿਨ ਪਿਛਲੇ ਕੁ ਸਮੇਂ ਤੋਂ ਕਾਰੀਦਨ ਖਤਮ ਹੋ ਲਿਆ ਹੁਣ ਗੱਲ ਆ ਜਾਂਦੀ ਹੈ ਵੀ ਕਿ ਇਹ ਮਹਿਜ ਪ੍ਰਚਾਰ ਹੈ ਮੈਂ ਪਤਲਾ ਗੱਲ ਕਰੂੰਗਾ ਵੀ ਇਹਦੀ ਪ੍ਰੋਵੋਕੇਸ਼ਨ ਕੀ ਹੈ ਜੀ ਪਿਛਲੇ 6 ਮਹੀਨੇ ਤੋਂ ਲਗਾਤਾਰ ਰੌਲਾ ਪੈਂਦਾ ਆ ਰਿਹਾ ਹੈ ਕਿ ਪੰਜਾਬ ਵਿੱਚ ਆਪਣੇ 크ਰਿਸਚੀਅਨਿਟੀ ਦਾ ਪ੍ਰਚਾਰ ਬਹੁਤ ਹੋ ਰਿਹਾ ਹੈ ਪਿੱਛੇ ਕੋਈ ਅਮਰਸਰ ਦੇ ਵਿੱਚ ਉਹਨਾਂ ਦੀ ਕੋਈ ਵੱਡੀ ਮੀਟਿੰਗ ਵੀ ਹੋਈ ਸੀਗੀ ਜੀ ਜਿਹੜਾ ਬੀਜੇਪੀ ਦੇ ਸਿੱਖ ਹੈ ਉਹ ਵੀ ਲਗਾਤਾਰ ਪ੍ਰਚਾਰ ਕਰਦੇ ਆ ਰਹੇ ਤੇ ਦਿੱਲੀ ਦੀ ਕਮੇਟੀ ਵਰਚੂਅਲੀ ਇਸ ਵੇਲੇ ਬੀਜੇਪੀ ਦੇ ਕੋਲ ਹੈ ਸੋ ਇਹ ਜਿਹੜਾ ਕਨਵਰਸ਼ਨ ਦਾ ਇਸ਼ੂ ਹੈ ਨਾ ਇਹ ਸਰੋਣੀ ਕਮਟੀ ਨੇ ਵੀ ਚੱਕ ਲਿਆ ਆਪਣੇ ਜ਼ਿਹਰਦਾਰ ਕਰਨੀ ਹਾਪੀ ਸੰਧੀ ਇਹਨਾਂ ਨੇ ਵੀ ਉਹੀ ਆਲਮੋਸਟ ਗੱਲ ਕੀਤੀ ਵੀ ਸਾਡੇ ਕਨਵਰਸ਼ਨਸ ਹੋ ਰਹੀਆਂ ਭਈ ਇੱਕ ਗੱਲ ਦਾ ਜਵਾਬ ਤਾਂ ਦਿਓ ਵੀ ਇਹ ਸਿੱਖ ਹੀ ਸਿੱਖ ਕਿਉਂ ਕ੍ਰਿਸਚੀਅਨ ਬਣ ਰਹੇ ਹੈ ਕ੍ਰਿਸਚੀਅਨ ਸਿਕਿਉਰ ਨਹੀਂ ਬਣ ਰਹੇ ਇਹਨਾ ਧਰਮ ਵਧੀਆ ਇਨਕਲਾਬੀ ਧਰਮ ਹੈ ਸਿੱਖ ਜਨ ਤੇ ਲੋਕ ਇਹਨੂੰ ਛੱਡ ਕੇ ਕ੍ਰਿਸਚੀਅਨ ਬਣ ਰਹੇ ਆ ਤੁਸੀਂ ਮੈਨੂੰ ਦੱਸੋ ਵੀ ਕ੍ਰਿਸਟਿਅਨ ਕਿਹੜੀ ਕ੍ਰਿਸਟਿਅਨ ਸਮੱਸਿਆ ਹੈ ਇਹ ਕਨਵਰਸ਼ਨ ਦੀ ਹਿੰਦੂ ਤੇ ਸਿੱਖ ਇਹ ਮੁਸਲਮਾਨ ਬਣਦੇ ਆ ਕ੍ਰਿਸਟਿਅਨ ਬਣਦੇ ਆ ਕ੍ਰਿਸਟਿਅਨ ਜਾਂ ਮੁਸਲਮਾਨ ਸਿੱਖ ਜਾਂ ਹਿੰਦੂ ਕਿਉਂ ਨਹੀਂ ਬਣਦੇ ਇਹ ਕਹਿਣਾ ਕਿ ਇਹ ਲਾਲਚ ਦੇ ਕੇ ਇਹਨਾਂ ਨੂੰ ਕਨਵਰਟ ਕੀਤਾ ਜਾਂਦਾ ਕੋਈ ਲਾਲਚ ਤਾਂ ਤੁਸੀਂ ਵੀ ਦੇ ਲੋ ਸਾਡੇ ਤੋਂ ਤੁਹਾਡੇ ਕੋਲੇ ਵੀ ਹੈਗੇ ਇਹਦਾ ਮਤਲਬ ਗੜਬੜ ਕਿਤੇ ਹੋਰ ਹੈਗੀ ਹੈ ਜੀ ਦੂਜੀ ਗੱਲ ਕੀ ਹੈ ਸਖਤਰ ਇਕ ਆਦਰਸ਼ ਇਨਸਾਨ ਤੇ ਆਦਰਸ਼ ਸਮਾਜ ਦੀ ਸਿਰਨਾਵੀ ਜਿਹੜੇ ਚ ਬੜੇ 100 ਸਾਲਾਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਇਨਸਾਨ ਨੂੰ ਸਵੈਰਿਆ ਦਾ ਉਤਪਾਦ ਇੱਕ ਸਵੈ ਮਾਨ ਦੇ ਜਿੰਦਗੀ ਜਿਉਣ ਦਾ ਰਾਹ ਦਰਸਾਇਆ ਕਿ ਅਸੀਂ ਅੱਜ ਉਸ ਜਿਹੜੀ ਸਿੱਖਿਆ ਸੀ ਉਹਤੇ ਅਮਲ ਕਰਦੇ ਹਾਂ ਅਸੀਂ ਤਾਂ ਮੁੜ ਕੇ ਫਿਰ ਉਸੇ ਜਾਤ ਪਾਤ ਦੇ ਵਿੱਚ ਵੜੇਗੇ ਜਿਹੜਾ ਬ੍ਰਾਹਮਣਵਾਦ ਦਾ ਹਿੱਸਾ ਹੈ ਕੀ ਕਰੇ ਸਜੀਪੀਸੀ ਨੇ ਬੈਠ ਕੇ ਜਾਂ ਜ਼ਹਿਦਾਰ ਕਾਲ ਤੱਕ ਤਨੇ ਬੈਠ ਕੇ ਜਾਂ ਦਿੱਲੀ ਕਮੇਟੀ ਨੇ ਬੈਠ ਕੇ ਇਹਨਾਂ ਗੱਲਾਂ ਤੇ ਕੋਈ ਵਿਚਾਰ ਵਟਾਂਦਰਾ ਕਦੇ ਕੀਤਾ ਹੋਵੇ ਅਸੀਂ ਜਾ ਕੇ ਦਸ਼ਾ ਤੇ દિਸ਼ਾ ਸਿੱਖਾ ਲਈ ਕੀ ਐਸ ਵੇਲੇ ਇਹਦਾ ਜਵਾਬ ਦਿਓ ਪਿੰਡਾਂ ਦੇ ਵਿੱਚ ਗੁਰਦੁਆਰੇ ਜਾਤ ਪਾਤ ਦੇ ਨਾਤੇ ਬਣ ਗਏ ਸਭ ਚਾਤ ਜਾਤ ਪਾਤ ਦੇ ਨਾਤੇ ਬਣ ਗਏ ਤਾਂ ਸਿੱਖੀਦਮ ਕਿੱਥੇ ਰਹਿ ਗਿਆ ਸਿਰਕੇ ਨਹੀਂ ਕਿ ਕਨਵਰਸ਼ਨ ਹੋ ਰਹੀ ਹੈ ਜਿਹੜਾ ਤੁਹਾਡਾ ਰੋਲ ਹੈ ਉਹ ਤੁਸੀਂ ਭੁੱਲ ਗਏ ਕਕਰ ਨੂੰ ਮੁੜ ਕੇ ਉੱਥੇ ਹੀ ਸਿੱਟਤਾ ਤੇ ਇਹ ਪਹਿਲਾ ਜਿੰਨੇ ਇਹ ਧਾਰਮਿਕ ਲੋਕ ਹੈਗੇ ਐ ਇਸ ਗੱਲ ਦਾ ਜਵਾਬ ਹੀ ਦੇ ਦੇਣ ਭਈ ਉਹ ਕਿਉਂ ਹੋ ਰਿਹਾ ਕਿ ਇਹ ਗੱਲਾਂ ਸਿਰਫ ਪ੍ਰਚਾਰ ਨਾਲ ਤੇ ਮੈਨੂੰ ਲਫ਼ਜ਼ ਵਟਣਾ ਪੈਣਾ ਹੈ ਮੈਂ ਵਟਣਾ ਚੌਧਰੀ ਕਿ ਸਿਰਫ ਢੋਲਕੀਆਂ ਛਾਣੇ ਖੜਕਾ ਖੜਕਾ ਕੇ ਇਹ ਸਮੱਸਿਆ ਦੂਰ ਹੋ ਜਾਏਗੀ ਨੋ ਸਾਡਾ ਪ੍ਰਚਾਰ ਤਾਂ ਇਹੀ ਹੁੰਦਾ ਨਾ ਵੀ ਕੀਰਤਨ ਕਰ ਲਓ ਜੀ ਤੇ ਲੈਕਚਰ ਦੇ ਲਓ ਇਸ ਤੋਂ ਬਾਅਦ ਤਾਂ ਕੁਝ ਨਹੀਂ ਮੈਂ ਇੱਕ ਗੱਲ ਹੋਰ ਕਰਨੇ ਚਾਹੂੰਗਾ ਉਹਦਾ ਮੈਨੂੰ ਪਤਾ ਨਹੀਂ ਰਦਾਵਾ ਜੀ 4-5 ਸਾਲ ਪਹਿਲਾਂ ਤੱਕ ਐਸਜੀਪੀਸੀ ਕੋਲ ਇੰਗਲਿਸ਼ ਦੇ ਵਿੱਚ ਸਖਤ ਧਰਮ ਕੀ ਹੈ ਇਹ ਦੱਸਣ ਦਾ ਕੋਈ 4-5 ਸਫੇ ਦਾ ਪੰਮਫਲਟ ਵੀ ਹੈ ਨਹੀਂ ਸੀ ਪ੍ਰਾਈਮਰ ਜਿਹਨੂੰ ਆਪਾਂ ਕਹਿ ਸਕਦੇ ਹਾਂ ਜਿੱਥੇ ਆਮ ਇਨਸਾਨ ਨੂੰ ਜਿਹੜਾ ਨਾਨ ਪੰਜਾਬੀ ਹੈ ਉਹਨੂੰ ਸਮਝ ਆਵੇ ਕਿ ਸਖਤ ਧਰਮ ਹੈ ਕੀ ਮੈਂ ਲਗਾਤਾਰ ਲੱਭਿਆ ਦਿੱਲੀ ਕਮੇਟੀ ਨੇ ਕੋਈ ਤਿਆਰ ਕੀਤਾ ਹੋਵੇ ਮੈਨੂੰ ਪਤਾ ਨਹੀਂ ਜੇ ਡੋਡੀ ਸੰਸਥਾ ਇੱਕ ਇੰਗਰੇਜ਼ ਦੇ ਵਿੱਚ ਚੱਗਾ ਪ੍ਰਾਇਮਰ ਹੀ ਤਿਆਰ ਨਹੀਂ ਕਰਵਾ ਸਕੀ ਤੇ ਤੁਸੀਂ ਦੇਖ ਲਓ ਵੀ ਇਹਨਾਂ ਦਾ ਰੋਲ ਕੀ ਹੈ ਬਿਲਕੁਲ ਠੀਕ ਹੈ ਉਹ ਜਿਹੜੀ ਪ੍ਰਚਾਰ ਦੀ ਗੱਲ ਕਰਦੇ ਹੋ ਨਾ ਇਹਦੇ 'ਚ ਇੰਨੇ ਹੀ ਗੁਨਾਹਗਰ ਦਿੱਲੀ ਕਮੇਟੀ ਵੀ ਹੈ ਮੈਂ ਕੱਲ ਲਈ ਐਸਡੀਪੀਸੀ ਨੂੰ ਬਲੇਮ ਨਹੀਂ ਕਰਦਾ ਜੇ ਸਿੱਖ ਧਰਮ ਇਸੇ ਗਰਾਵਟ ਦੇ ਵਿੱਚ ਜਾ ਰਿਹਾ ਹੈ ਇਹ ਸਾਰੇ ਹੀ ਅਸੀਂ ਜ਼ਿੰਮੇਵਾਰ ਹੈਗੇ ਹਾਂ ਗੱਲ ਦੇ ਉੱਤੇ ਆ ਕੇ ਪਹਿਲਾਂ ਤਾਂ ਇਹਦਾ ਕਿੰது ਪਰ ਇਹਦਾ ਵਿਚਾਰ ਕੀਤਾ ਜਾਵੇ ਸਾਰੀ ਗੱਲ ਦਾ ਫਿਰ ਅੱਗੇ ਗੱਲ ਤੋਂ ਰਹੀ ਜੀ ਜਿਸ ਸਿਚੁਏਸ਼ਨ ਤੇ ਆਪਾਂ ਅੱਜ ਪਹੁੰਚੇ ਆ ਜਿਸ ਸਥਿਤੀ 'ਚ ਐ ਇਥੇ ਤੱਕ ਆਪਾਂ ਪਹੁੰਚੇ ਕਿਵੇਂ ਸਭ ਤੋਂ ਪਹਿਲਾਂ ਤੁਹਾਡਾ ਸਵਾਲ ਇਹੀ ਹੈ ਕਿ ਇਹਦੇ ਤੇ ਕੋਈ ਸੰਵਾਦ ਵਿਚਾਰ ਡਿਸਕਸ਼ਨ ਕਿਉਂਕਿ ਬਾਬੇ ਨਾਨਕ ਨੇ ਤਾਂ ਵਿਚਾਰ ਲਿਖਿਆ ਚਰਚਾ ਲਿਖਿਆ ਅਸੀਂ ਉੱਥੋਂ ਪਗੋੜੇ ਹੋਗੇ ਤੁਹਾਡਾ ਮਤਲਬ ਕਹਿਣ ਦਾ ਇਹੀ ਹੈ ਬਾਬਾ ਨਾਨਕ ਸਵਾਦ ਦੀ ਗੱਲ ਬਾਬਾ ਬਾਬੇ ਨੇ ਮਿਸ਼ੇ ਕੀਤੀ ਹੈ ਗੁਰਬਾਣੀ ਹੈ ਸਵਾਦ ਸਵਾਦ ਤੇ ਬੇਸਿਕ ਉਹਨਾਂ ਨੇ ਸਾਰੀ ਦੁਨੀਆ ਨਾਲ ਸੰਵਾਦ ਕੀਤਾ ਇੱਕ ਹੋਰ ਬਹੁਤ ਇੰਟਰਸਟਿੰਗ ਅਸਪੈਕਟ ਹੈ ਜਿਹੜੇ ਜਿਹੜਾ ਇਹ ਇੰਡੀਅਨ ਸਬਕਾਂਟਿਨੈਂਟ ਹੈ ਮੈਂ ਇਹਨੂੰ ਇੰਡੀਆ ਨਹੀਂ ਕਹਿੰਦਾ ਹੁੰਦਾ ਇੰਡੀਆ ਦਾ ਬਹੁਤ ਬਾਅਦ ਵਿੱਚ ਬਣਦਾ ਹੈ ਜੀ ਜਦੋਂ ਗੁਰੂ ਨਾਨਕ ਦੇਵ ਜੀ ਇੰទី ਆਏ ਉਹ ਪਹਿਲੇ ਇਸ ਰੀਜਨ ਤੋਂ ਧਾਰਮਿਕ ਲੀਡਰਸ਼ਿਪ ਜਿਨ੍ਹਾਂ ਨੇ ਆਪਣੇ ਖਿਆਵਰ ਪਾਸ ਪਾਰ ਕੀਤਾ ਜਦੋਂ ਤੱਕ ਤਾਂ ਕੋਈ ਬਾਹਰ ਗਿਆ ਹੀ ਨਹੀਂ ਸੀਗਾ ਉਹ ਮੱਕੇ ਤੱਕ ਗਏ ਆਪਣਾ ਪ੍ਰਚਾਰ ਕਰਦੇ ਤੇ ਲਰਨ ਕਰਦੇ ਵੀ ਦੁਨੀਆ ਦੀਆਂ ਬਾਤੀਆਂ ਦੀ ਫਿਲਾਸਫੀਆਂ ਕੀ ਹੈ ਉਧਰ ਟਾਕਾ ਤੱਕ ਗਏ ਨਾਲੇ ਡੀਪ ਸਾਊਥ ਗਏ ਉਹਨਾਂ ਨੇ ਪੂਰਾ ਇੰਟਰ ਇੰਟਰੈਕਟ ਕਰਕੇ ਇੱਕ ਫਿਲਾਸਫੀ ਤੁਹਾਡੇ ਸਾਹਮਣੇ ਰੱਖੀ ਹੂੰ ਮੇਰਾ ਕਹਿਣ ਤੋਂ ਸਿੰਪਲ ਜਿਹਾ ਇਹ ਹੈ ਕਿ ਉਹ ਪਹਿਲੇ ਬੰਦੇ ਸੀਗੇ ਜਿਨ੍ਹਾਂ ਨੇ ਇਸ ਪਾਸੇ ਵੱਲ ਕਦਮ ਵਧਾਇਆ ਉਸ ਤੋਂ ਪਹਿਲਾਂ ਕਦੇ ਕੋਈ ਹਿੰਦੁਸਤਾਨੀ ਜਾਂ ਇਸ ਰੀਜਨ ਦਾ ਬੰਦਾ ਹਿੰਦੁਸਤਾਨ ਤੋਂ ਚਲੋ ਹੈ ਨਹੀਂ ਸੀ ਇਸ ਪਾਸੇ ਨਹੀਂ ਤਰੇ ਬਾਹਰ ਲੋਕ ਇੱਥੇ ਆਏ ਸੀ ਫੋ ਸਿੱਖISM ਇੱਕ ਸੇ ਇਤੇ ਉੱਥੇ ਤੱਕ ਫੈਲਿਆ ਸੀ ਮੈਂ ਕਨੌਨਾ ਮੱਕੇ ਤੋਂ ਟਾਕੇ ਤੱਕ ਹ ਸਿੱਖ ਧਰਮ ਦੇ ਤੁਹਾਨੂੰ ਨਿਸ਼ਾਨ ਮਿਲਦੇ ਸਾਰੇ ਉਸ ਤੋਂ ਬਾਅਦ ਹੌਲੀ ਹੌਲੀ ਸੰਕਰਤਾ ਚਲੇਗਾ ਕਿਸੇੇ ਤੋ ਬਾਅਦ ਹੁਣ ਦੇ ਹਾਲਾਤੇ ਐ ਕਿ ਹੁਣ ਕਹਿੰਦੇ ਜੀ ਕਨਵਰਸ਼ਨ ਹੋ ਰਹੀ ਐ ਸਿੱਖ ਛੱਡ ਕੇ ਦੂਜੇ ਧਰਮਾਂ ਦੇ ਵਿੱਚ ਜਾ ਰਹੇ ਐ ਕਾਹ ਜਵਾਬ ਤੱਕ ਲੀਡਰਸ਼ਿਪ ਨੂੰ ਦੇਣਾ ਪੈਂਦਾ ਨਾ ਭਈ ਇਹ ਸ ਹਾਲਤ ਬੜੀ ਕਿਉਂ ਐ ਇਹਦਾ ਜਵਾਬ ਦਿਓ ਇਹ ਇੱਕ ਬਹੁਤ ਵੱਡ ਜੀ ਇੱਕ ਬਹੁਤ ਵੱਡੀ ਬਹਿਸ ਆ ਮੈਨੂੰ ਲੱਗਦਾ ਹੈ ਕਿ ਇਹਨੂੰ ਆਪਾਂ ਬਹੁਤ ਲੰਮਾ ਇਹ ਇਹਨੂੰ ਵਧਾਉਣਾ ਚਾਹੀਦਾ ਔਰ ਇਹਨੂੰ ਸਮਰੱਥ ਸੰਸਥਾਵਾਂ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਇਹਦੇ ਤੇ ਚਰਚਾ ਉਹਨਾਂ ਨੂੰ ਕਰਵਾਉਣੀ ਚਾਹੀਦੀ ਹੈ ਪਰ ਮੈਂ ਸਰਦਾਰ ਜਗਤਾਰ ਸਿੰਘ ਜੀ ਇਹ ਜ਼ਰੂਰ ਪੁੱਛਣਾ ਚਾਹੂੰਗਾ ਤੁਹਾਡੇ ਤੋਂ ਕਿ ਇਹ ਸਾਰੀਆਂ ਸੰਸਥਾਵਾਂ ਇੱਕ ਸਮੇਂ ਇੱਕ ਹੀ ਤਲ ਕੋਲ ਸੀ ਔਰ ਤੁਸੀਂ ਹਜੂਰ ਸਾਹਿਬ ਜਾਂ ਅਸੀਂ ਪਟਨਾ ਸਾਹਿਬ ਹਰ ਤਖਤ ਤੇ ਉਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਕੋਈ ਨਾ ਕੋਈ ਭੂਮਿਕਾ ਰਹਿੰਦੀ ਸੀ ਉਹ ਮੈਂਬਰ ਹੋਣ ਚਾ ਬਹੁਤ ਵਾਰੀ ਤਾਂ ਪਟਨਾ ਸਾਹਿਬ ਦੇ ਪ੍ਰਧਾਨ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੀ ਹੁੰਦੇ ਸੀਗੇ ਹਜੂਰ ਸਾਹਿਬ ਵੀ ਹੁੰਦੇ ਸੀ ਹਜੂਰ ਸਾਹਿਬ ਦੇ ਵੀ ਹਜੂਰ ਹਾਂ ਲੇਕਿਨ ਇਹਦੇ ਨਾਲ ਇੱਕ ਸਵਾਲ ਖੜਾ ਹੋ ਗਿਆ ਕਿ ਅਕਾਲੀ ਦਲ ਨੇ ਆਪਣੀ ਪੋਲਿਟਿਕਸ ਨੂੰ ਇਨ੍ਹਾਂ ਥਾਵਾਂ ਦੇ ਉਤੇ ਥੋਪਿਆ ਹੌਲੀ-ਹੌਲੀ ਇੱਥੋਂ ਦੇ ਸਿੱਖ ਮਹਿਸੂਸ ਕਰਨ ਲੱਗੇ ਕਿ ਇੱਥੇ ਜਿਹੜੀ ਸਾਡੀ ਲੋੜ ਆ ਉਹ ਸਥਾਨਕ ਹੈ ਸਾਨੂੰ ਇੱਥੇ ਗਠਜੋੜ ਵੀ ਸਥਾਨਕ ਹੀ ਕਰਨੇ ਪੈਣੇ ਆ ਸਾਡੀ ਪੋਲਿਟਿਕਸ ਇੱਥੇ ਪੰਜਾਬ ਵਾਲੀ ਪੋਲਿਟਿਕਸ ਨਹੀਂ ਚੱਲ ਸਕਦੀ ਹੁਣ ਮੈਂ ਤੁਹਾਡੇ ਤੋਂ ਇਹੀ ਸਵਾਲ ਪੁੱਛਦਾ ਕਿ ਜਦੋਂ ਅਕਾਲੀ ਦਲ ਵਿਸਥਾਰ ਲੈ ਗਿਆ ਸਾਰੇ ਥਾਵਾਂ ਤੇ ਹੁਣ ਉਹ ਪੰਜਾਬ 'ਚ ਵੀ ਸੰਗੜ ਗਿਆ ਤੇ ਜੇ ਬਾਹਰਲਾ ਆ ਕੇ ਇੱਥੇ ਆਪਣਾ ਪ੍ਰਚਾਰ ਕੇਂਦਰ ਖੋਲਦਾ ਤਾਂ ਇਹਨੂੰ ਵਿਰੋਧੀਆਂ ਸਾਰੇ ਬਾਦਲ ਵਿਰੋਧੀਆਂ ਲਈ ਇੱਕ ਵੱਡਾ ਪਲੇਟਫਾਰਮ ਮੰਨ ਲਈਏ ਇਹ ਸ਼੍ਰੋਮਣੀ ਕਮੇਟੀ ਦੀ ਆਉਂਦੀ ਚੋਣ ਦੇ ਵਿੱਚ ਇੱਕ ਬਹੁਤ ਵੱਡਾ ਮਹਾਜ ਹੋ ਸਕਦਾ ਹੈ ਇਹ ਸਾਧਨਾ ਵੱਲੋਂ ਔਰ ਬਾਕੀ ਤਰੀਕਿਆਂ ਨਾਲ ਕਿਉਂਕਿ ਕਦੇ-ਕਦੇ ਸਰਨਾ ਸਾਹਿਬ ਪੰਜਾਬ ਦੇ ਵਿੱਚ ਦਖਲ ਅੰਦਾਜ਼ੀ ਕਰਦੇ ਹੁੰਦੇ ਸੀ ਨਹੀਂ ਤਾਂ ਜਦੋਂ ਮਨਜੀਤ ਸਿੰਘ ਜੀਕੇ ਤੋਂ ਲੈ ਕੇ ਮਨਜਿੰਦਰ ਸਿੰਘ ਸਿਰਸਾ ਤੱਕ इवन ਹਿਤਮ ਦੇ ਮੌਕੇ ਤੇ ਵੀ ਇਹ ਇਹਨਾਂ ਦੇ ਪੂਰਕ ਹੀ ਰਿਹਾ ਔਰ ਜਿਵੇਂ ਸੁਖਬੀਰ ਜੀ ਨੇ ਚਾਹਿਆ ਦਿੱਲੀ 'ਚ ਵੀ ਉਹਨਾਂ ਦੇ ਪ੍ਰੋਗਰਾਮ ਹੋਏ ਉਹਨਾਂ ਦਿੱਲੀ ਕਮੇਟੀ ਦਾ ਪ੍ਰਚਾਰ ਵੀ ਜ਼ਿਆਦਾ ਹੁੰਦਾ ਰਿਹਾ ਭਾਵੇਂ ਇੱਕ ਖਾਸ ਚੈਨਲ ਰਹੀਂ ਲੇਕਿਨ ਅੱਜ ਇਹਨਾਂ ਲਈ ਇਹ ਥ੍ਰੈਟ ਅਡਰੈਸ ਕਿਵੇਂ ਕਰਨਗੇ ਇਹ ਜਿਹੜਾ ਵੱਡਾ ਇੱਕ ਚੈਲੰਜ ਤੇ ਚਣੌਥੀ ਬਣ ਗਈ ਆ ਇਹਨੂੰ ਬਾਦਲ ਕਿਆਂ ਲਈ ਕਿਵੇਂ ਤੁਹਾਨੂੰ ਲੱਗਦਾ ਸਜਣਾ ਹੋਊਗਾ ਮੈਂ ਸ਼ੁਰੂ ਦੇ ਵਿੱਚ ਹੀ ਕਿਹਾ ਸੀ ਕਿ ਇਹ ਪਲੈਟਫਾਰਮ ਐਂਟੀ ਮਾਦਲ ਜਿੰਨੇ ਸਿ ਗਰੁੱਪ ਹੈਗੇ ਉਹਨਾਂ ਨੂੰ ਮੋਬਾਈਲਾਈਜ਼ ਕਰਦਾ ਤੇ ਨਿਸ਼ਾਨਾ ਦਿੱਲੀ ਕਮਿਟੀਰੀ ਆਉਣ ਵਾਲੀ ਚੋਣ ਹੈ ਉਹ ਹੁਣ ਇਹ ਦਿਖਣਾ ਪੈਣਾ ਹੈ ਕਿ ਮੋਦੀ ਗਵਰਨਮੈਂਟ ਇਹ ਚੋਣਾਂ ਕਰਾਏਗੀ ਵੀ ਜਾਂ ਨਹੀਂ ਇਹ ਸ਼੍ਰੋਮਣੀ ਕਮੇਟੀ ਦਾ ਦਿੱਲੀ ਕਮੇਟੀ ਤੁਸੀਂ ਦਿੱਲੀ ਕਮੇਟੀ ਕਿਹਾ ਸ਼ਾਇਦ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਨੇ ਚੋਣਾ ਕੀ ਮੋਦੀ ਸਰਕਾਰ ਕਰਾਏਗੀ ਜਾਂ ਨਹੀਂ ਇਹ ਇਸ ਵੜੇ ਕੁਸਚਨ ਮਾਰ ਕੇ ਜਿਹੜੇ ਪੰਜਾਬ ਦੇ ਲੀਡਰ ਹੈ ਜਿਹੜੇ ਐਂਟੀ ਬਾਦਲ ਵੀ ਹੈ ਉਹ ਇੱਕ ਗੱਲ ਅੱਜਕਲ ਕਹਿ ਰਹੇ ਹੈ ਕਿ ਹੋ ਸਕਦਾ ਹੈ ਕਿ ਮੋਦੀ ਸਰਕਾਰ ਹਾਲੇ ਇਲੈਕਸ਼ਨ ਨਾ ਕਰਾਵੇ ਕਰਾਉਣੇ ਤਾਂ ਹੋਮ ਮਿਨਿਸਟਰੀ ਦੇ ਨੋਟ ਦੇ ਨੋਟੀਫਿਕੇਸ਼ਨ ਤੇ ਹੈ ਪੰਜਾਬ ਸਰਕਾਰ ਨੇ ਤਾਂ ਕਰਾਉਣੇ ਨਹੀਂ ਅਵੇਕਰ ਦੁਆਰਾ ਇਲੈਕਸ਼ਨ ਕਮਿਸ਼ਨ ਆਪਣਾ ਕੰਮ ਕਰ ਰਿਹਾ ਹੈ ਲੇਕਿਨ ਜਦ ਤੱਕ ਸਟਰ ਨਹੀਂ ਚਾਏਗਾ ਉਦ ਤੱਕ ਇਲੈਕਸ਼ਨ ਨਹੀਂ ਹੋਏਗੀ ਕਿ ਸਟਰ ਵਾਲੇ ਦੁਆਰਾ ਪ੍ਰਕਾਸ਼ੇ ਬਦਲ ਪਰਿਵਾਰ ਦੀ ਰਿਵਾਈਵਲ ਚਾਉਂਦੇ ਆ ਜਾਂ ਕੋਈ ਆਪਣਾ ਪਲੈਟਫਾਰਮ ਨਵਾਂ ਬਣਾਉਣਾ ਚਾਹੁੰਦੇ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮੇਂ ਦੇ ਵਿੱਚ ਮੇਰੇ ਖਿਆਲ ਗੱਲ ਸਾਹਮਣੇ ਆਏਗੀ ਅੱਛਾ ਇਹਦੇ ਚ ਇੱਕ ਸਵਾਲ ਜੇ ਮੈਨੂੰ ਤੁਸੀਂ ਆਗਿਆ ਦਿਓ ਮੈਂ ਨਾਲ ਰੱਖ ਦਿਆਂ ਹਾਂਜੀ ਮੈਨੂੰ ਯਾਦ ਹੈ ਕਿ ਜਦੋਂ ਐਸਐਸ ਸਾਰੋਂ ਗੁਰਦੁਆਰਾ ਚੌਣ ਕਮਿਸ਼ਨਰ ਨਿਯੁਕਤ ਹੁੰਦੇ ਆ ਨੋਟੀਫਿਕੇਸ਼ਨ ਦੀ ਕਾਪੀ ਸਾਡੇ ਕੋਲ ਆਉਂਦੀ ਉਸ ਤੋਂ ਬਾਅਦ ਸਦਾ ਰਵਿੰਦਰ ਸਿੰਘ ਜਿਹੜੇ ਕਿ ਬਹੁਤ ਸਰਗਰਮ ਸੀਗੇ ਨਹੀਂ ਉਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਨੇੜਤਾ ਰਹੀ ਔਰ ਮੈਨੂੰ ਗੈਰਸਮੀ ਗੱਲਬਾਤ ਦੇ ਵਿੱਚ ਕਿਤੇ ਜ਼ਿਕਰ ਵੀ ਕੀਤਾ ਗਿਆ ਸੀ ਉਹਨਾਂ ਦੇ ਕਿਸੇ ਅਹਿਮ ਸੂਤਰ ਵੱਲੋਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਰਵੀਿੰਦਰ ਸਿੰਘ ਹੋਣਾ ਵੱਲੋਂ ਸਵਾਲ ਉਠਾਇਆ ਗਿਆ ਸੀ ਇਲੈਕਸ਼ਨ ਕਰਾਉਣ ਦਾ ਉਹ ਕਹਿੰਦੇ ਸੀਗੇ ਕਿ ਤੁਸੀਂ ਅੱਗੇ ਦੱਸੋ ਲੜਨੀ ਕਿੰਨੇ ਆ ਉਸੀ ਇਲੈਕਸ਼ਨ ਕਹਿੰਦੇ ਹੋ ਜੇ ਅਸੀਂ ਇਲੈਕਸ਼ਨ ਅੱਜ ਕਰਾ ਦਿੰਨੇ ਆ ਤਾਂ ਪ੍ਰਕਾਸ਼ ਸਿੰਘ ਬਾਦਲ ਜਾਂ ਬਾਦਲਕਿਆਂ ਵਾਲਾ ਜਿਹੜਾ ਧੜਾ ਹੈ ਉਹ ਇਹਨੂੰ ਜਿੱਤ ਲਏਗਾ ਦੂਜੇ ਪੰਨੇ ਜਦੋਂ ਅੱਜ ਸੰਗਰੂਰ ਦੀ ਇਲੈਕਸ਼ਨ 'ਚ ਉਹ ਸਿਮਰਨਜੀਤ ਸਿੰਘ ਮਾਨ ਜਿੱਤ ਦਰਜ ਕਰਕੇ ਆ ਗਏ ਭਾਵੇਂ ਕਿ ਉਹਨਾਂ ਦਾ ਉਹ ਜਲੌਅ بچਿਆ ਨਹੀਂ ਉਹਨਾਂ ਨੇ ਕੰਟਰੋਵਰਸੀ ਸੇੜ ਲਈਆਂ ਨੇ ਕੇਂਦਰ ਤੁਹਾਨੂੰ ਲੱਗਦਾ ਹੈ ਕਿ ਜਿੰਨਾ ਚਿਰ ਕੋਈ ਬਦਲਵਾ ਬਾਦਲਾਂ ਦਾ ਪ੍ਰਬੰਧ ਨਹੀਂ ਹੁੰਦਾ ਜਾਂ ਇਹ ਤੁਹਾਨੂੰ ਲੱਗਦਾ ਵੀ ਉਹ ਜੇ ਗਰਮ ਖਿਆਲੀਆਂ ਦਾ ਪੂਰਾ ਖਿਆਲ ਵੀ ਆਵੇ ਉਹਨਾਂ ਦੇ ਮਨ ਚ ਤੇ ਉਹ ਇਲੈਕਸ਼ਨ ਕਰਾ ਦੇਣਗੇ ਵੀ ਇੱਕ ਵੱਡਾ ਸਵਾਲ ਹੈ ਤੇ ਇਸ ਸਥਿਤੀ ਚ ਢੀਂਡ ਸਾਹ ਜਾਂ ਬਾਕੀ ਜਿੰਨੇ ਵੀ ਥੋੜੇ ਜੇ ਨਰਮ ਦਲ ਹੈਗੇ ਆ ਬਾਦਲ ਕਿਆਂ ਵਰਗੇ ਆ ਉਹਨਾਂ ਲਈ ਇਹ ਪਲੇਟਫਾਰਮ ਦਿੱਲੀ ਵਾਲਾ ਜਿਹੜਾ ਕਿਉਂਕਿ ਇੱਥੇ ਪਿੱਛੇ ਮਨਜਿੰਦਰ ਸਿੰਘ ਸਿਰਸਾ ਹੀ ਖੜਿਆ ਮਨਜਿੰਦਰ ਸਿੰਘ ਸਿਰਸਾ ਦੇ ਪਿੱਛੇ ਉਹ ਪੂਰੀ ਲੌਬੀ ਵੀ ਖੜੀ ਆ ਜਿਹੜੀ ਸੱਤਾ ਕੇਂਦਰੀ ਸੱਤਾ ਚ ਜੀ ਦੇਖੋ ਪਹਿਲੀ ਗੱਲ ਤਾਂ ਹੈ ਜਿਹੜੇ ਸਾਡੇ ਕੋਈ ਡ੍ਰੈਗਰੂਮ ਪੋਲਿਟਿਸ਼ੀਅਨ ਹੈ ਨਾ ਸਿੱਖਾਂ ਦੇ ਵਿੱਚ ਹੂੰ ਤੇ ਜਿਨ੍ਹਾਂ ਦਾ ਲੋਕਾਂ ਦੇ ਨਾਲ ਕੋਈ ਰਾਸਤਾ ਨਹੀਂ ਜਾਂ ਮਾਸ ਲੀਡਰ ਨਹੀਂ ਗਏ ਉਹਨਾਂ ਦੀ ਸੋਚ ਹੋਰ ਤਰ੍ਹਾਂ ਦੀ ਹੁੰਦੀ ਹੈ ਤੇ ਜਿਹੜੇ ਮਾਸ ਲੀਡਰ ਹੁੰਦੇ ਆ ਉਹ ਹੋਰ ਤਰ੍ਹਾਂ ਹੁੰਦੇ ਨੇ ਬਾਗਲ ਸਾਹਿਬ ਤੇ 100 ਨੁਕਸਾਨ ਗਏ ਉਹ ਮਾਸ ਲੀਡਰ ਰਹੇ ਆ ਹੂੰ ਇਸ ਗੱਲ ਨੂੰ ਡਰਾਇ ਨਹੀਂ ਕੀਤਾ ਜਾ ਸਕਦਾ ਹੁਣ ਮੈਨੂੰ ਇਹ ਲੱਗ ਰਿਹਾ ਹੈ ਸੰਗਰੂਰ ਇਲੈਕਸ਼ਨ ਨੇ ਇੱਕ ਸਿਗਨਲ ਦਿੱਤਾ ਜੀ ਕਿ ਜਿਹੜੇ ਰੈਡੀਕਲ ਪੋਲਿਟਿਕਸ ਹੈ ਉਹ ਟੇਕਓਵਰ ਕਰ ਸਕਦੇ ਜਦੋਂ 2018 ਦੇ ਵਿੱਚ ਬਰਗਾੜੀ ਮੋਰਚਾ ਲੱਗਿਆ ਸੀਗਾ ਜਿਹਦੇ ਕੁਝ ਲੀਡਰ ਹੁਣ ਡਿਸਕ੍ਰੈਡਿਟ ਹੋ ਗਏ ਮੈਨੂੰ ਲੱਗਦਾ ਨਹੀਂ ਵਾਟਣਾ ਚਾਹੀਦਾ ਉਦੋਂ ਵੀ ਇੱਕ ਪ੍ਰੈਸ਼ਰ ਬਿਲਡ ਹੋ ਰਿਹਾ ਸੀ ਕੈਪਟਨ ਸਾਹਿਬ ਅਵਰਧਰ ਸਿੰਘ ਸੀਐਮ ਸੀਗੇ ਕਿ ਜੇ ਕੈਪਟਨ ਸਾਹਿਬ ਸਾਥ ਦੇਣ ਤੇ ਐਸਜੀਪੀਸੀ ਇਲੈਕਸ਼ਨ ਕਰਵਾ ਦੇਣ ਤੇ ਬਾਦਲਾਂ ਨੂੰ ਹਟਾਇਆ ਜਾ ਸਕਦਾ ਹੈ ਉਦੋਂ ਵੀ ਇਸ਼ੂ ਇਹ ਆਇਆ ਸੀ ਕਿ ਕੀ ਰੈਡਿਕਲਸ ਨੂੰ ਅਲਾਉ ਕਰਨਾ ਚਾਹੀਦਾ ਹੈ ਕਿ ਇਹ ਐਡਾ ਵੱਡਾ ਪਲੇਟਫਾਰਮ ਉਹ ਟੇਕਓਵਰ ਕਰ ਲੈਣ ਜੀ ਤੇ ਜਿੰਨੀ ਕਿ ਮੇਰੀ ਜਾਣਕਾਰੀ ਹੈ ਉਹਦੇ ਵਿੱਚ ਅਸੈਸਮੈਂਟ ਇਹ ਬਣੀ ਸੀ ਕਿ ਇਹਨਾਂ ਨੂੰ ਇਹ ਅਲਾਉ ਨਹੀਂ ਕੀਤਾ ਜਾ ਸਕਦਾ ਤੇ ਮੇਰੇ ਖਿਆਲ ਦੇ ਵਿੱਚ ਸਿਚੁਏਸ਼ਨ ਅੱਜ ਵੀ ਉਸ ਤਰ੍ਹਾਂ ਹੀ ਹੈ ਜੀ ਸੋ ਤਾਂ ਨੇ ਕਿਹਾ ਵੀ ਹੋ ਸਕਦਾ ਹੈ ਕਿ ਐਸਪੀਸੀ ਦੇ ਲੈ ਕੇ ਨਾ ਜੇ ਨਾ ਕਰਾਈ ਜਾਵੇ ਕਿਉਂਕਿ ਅਜਿਹੇ ਡੇਟ ਦੇ ਵਿੱਚ ਜੇ ਕਰਾ ਦਿਓ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਇੱਕ ਬਹੁਤ ਵੱਡਾ ਰੋਲ ਇਹਦੇ ਵਿੱਚ ਹੋਣਾ ਹੈ ਜਿਹਨੂੰ ਪਰ ਜਿਹਨੂੰ ਕੇਂਦਰ ਸਰਕਾਰ ਅਵਾਇਡ ਕਰਨਾ ਚਾਹੀਦਾ ਪਰ ਇਹਦੇ ਜੇ ਮੰਨ ਲਓ ਇਸ ਮੁਹਿਮ ਨੂੰ ਤੁਸੀਂ ਪੂਰੀ ਪੋਲੀਟੀਕਲ ਮੁਹਿਮ ਵਜੋਂ ਅੱਗੇ ਦੇਖੋ ਤਾਂ ਕੀ ਜਿਹੜੀ ਅੱਗੇ ਹੀ ਕ੍ਰਾਈਸਿਸ ਵਿੱਚ ਆ ਬਾਦਲ ਕਿਆਂ ਵਾਲੀ ਧਿਰ ਉਦੇ ਲਈ ਇਹ ਇੱਕ ਚੁਣੌਤੀ ਇੱਕ ਥ੍ਰੈਟ ਇੱਕ ਪਲੇਟਫਾਰਮ ਦੇ ਰੂਪ ਚ ਹੋ ਸਕਦੀ ਹੈ ਬਾਦਲ ਕਿਆਂ ਦੇ ਦਲ ਦੇ ਆਗੂ ਤੇ ਬਾਕੀ ਲੋਕ ਇਹਦੇ ਚ ਸ਼ਮੂਲੀਅਤ ਕਰ ਸਕਦੇ ਹੌਲੀ ਹੌਲੀ ਕਿਉਂਕਿ ਗੱਲ ਤਾਂ ਸਾਧਨਾ ਦੀ ਹੈ ਗੱਲ ਤਾਂ ਮੁਹਿਮਮ ਦੀ ਹੈ ਗੱਲ ਤਾਂ ਪਲੇਟਫਾਰਮ ਮਿਲਣ ਦੀ ਹੈ ਗੱਲ ਤਾਂ ਵੱਖ-ਵੱਖ ਜਗ੍ਹਾ ਤੇ ਫੰਕਸ਼ਨਸ ਦੀ ਹੈ ਤੁਸੀਂ ਇਹਨੂੰ ਕਾਰਜਸ਼ੀਲ ਦੇਖੋਗੇ ਜਾਂ ਜਸਟ ਰਸਮ ਤੱਕ ਹੀ ਸੀਮਤ ਰਹਿ ਜਾਊਗੀ ਇਹਦੇ ਨਾਲ ਕਿੰਨੇ ਕਿ ਸਿੱਖਾਂ ਦੀ ਜੁੜ ਜਾਣਗੇ ਦੇਖੋ ਜਸਟ ਅਗ ਨਾਲ ਸਿੱਖਾ ਉਹ ਬੀਜੇਪੀ ਜੁਆਇਨ ਕਰ ਰਹੀ ਹੈ ਹੁਣ ਉਹ ਤਾਂ ਰੈਗਿਸਟ੍ਰੇਸ਼ਨ ਖਤਮ ਹੋ ਗਈ ਜੇ 26 25 ਸਾਲ ਕਾਲੇ ਦਲ ਦੀ ਅਲਾਈਅੰਸ ਬੀਜੇਪੀ ਨਾ ਰਹੀ ਹੈ ਤੇ ਸਿੱਖਾ ਨੂੰ ਉਰ ਚਾਹਲ ਹੋ ਰਿਹਾ ਤੇ ਮਾੜੀ ਗੱਲ ਕੀ ਉਹਦੇ ਚ ਉਹ ਜਿਹੜਾ ਸੀ ਨਾ ਇੱਕ ਬ੍ਰਹਿਮ ਦਿਮਾਗ ਦੇ ਵਿੱਚ ਹੁੰਦਾ ਸੀ ਕਿ ਬੀਜੇਪੀ ਪਤਾ ਨਹੀਂ ਹਿੰਦੂ ਰਾਸ਼ਟਰਵਾਦ ਦੀ ਜੇ ਕਾਲੇ ਦਲ ਹੀ ਹਿੰਦੂ ਰਾਸ਼ਟਰਵਾਦ ਦੇ ਨਾਲ ਅਲਾਈਅੰਸ ਦੇ ਵਿੱਚ ਸੀ ਤੇ ਫਿਰ ਇਹ ਬਾਕੀ ਲੀਡਰ ਕਿਉਂ ਨਹੀਂ ਜਾ ਸਕਦੇ ਸੋ ਬਾਕੀ ਦਾ ਜਾਣਾ ਮੈਂ ਹੁਣ ਜਾਇਜ਼ ਮੰਨਦਾ ਮੇਰੇ ਖਿਆਲ ਦੇ ਵਿੱਚ ਕਾਲੀ ਦਲ ਨੂੰ ਐਸਟੋਲਿਕ ਬਹੁਤ ਵੱਡੀ ਥ੍ਰੈਟ ਹੈ ਇੱਕ ਹੋਰ ਕਾਰਨ ਕਰਕੇ ਵੀ ਇਹ ਹੁਣ ਜੋ ਕੁਝ ਹੋਇਆ ਹੈ ਤੇ ਪਿੱਛੇ ਪਿਛਲੇ 15 ਦਿਨਾਂ ਦੇ ਵਿੱਚ ਅਕਾਲੀ ਸਿਆਸਤ ਦੇ ਵਿੱਚ ਜੋ ਕੁਝ ਵਾਪਰਿਆ ਜਿਵੇਂ ਇੱਕ ਵਾਰੀ ਮੰਗ ਉਠੀ ਕਿ ਲੀਡਰਸ਼ਿਪ ਬਦਲੀ ਜਾਵੇ ਉਹ ਗੱਲ ਵਿੱਚ ਰਹੀ ਹੁਣ ਥ੍ਰੈਟ ਆ ਗਈ ਕੱਲ ਸੁਖਬੀਰ ਜੀ ਦੀ ਸਟੇਟਮੈਂਟ ਆਈ ਸੀਗੀ ਵੀ ਅਸੀਂ ਸਖਤੀ ਨਾਲ ਐਕਸ਼ਨ ਲਵਾਂਗੇ ਅ ਡਿਸਿਪਲਨ ਤੇ ਜੀ ਤੇ ਮੈਂ ਹੁਣ ਰੂਲ ਆਊਟ ਨਹੀਂ ਕਰਦਾ ਕਿ ਜੇ ਸੁਖਦੇਰ ਜੀ ਨੂੰ ਬਦਲਿਆ ਨਹੀਂ ਜਾਂਦਾ ਤੇ ਕੁਝ ਹੋਰ ਸੀਨੀਅਰ ਲੀਡਰ ਛੱਡ ਕੇ ਬੀਜੇਪੀ ਚਲੇ ਜਾਣ। ਉਹ ਜਿਹੜੀ ਕਾਗਲਦ ਨੂੰ ਰਿਵਾਈਵਲ ਹੈ ਨਾ ਉਤੇ ਕੁਐਸਚਨ ਮਾਰਕ ਹੈ। ਜੇ ਕੱਲ ਉਹ ਕਾਗਲਦ ਰਿਵਾਈਵ ਹੋ ਜਾਏ। ਸਰ 이슈 ਵੱਖਰਾ ਹੈ। ਲੇਕਿਨ ਮੈਨੂੰ ਇਹ ਲੱਗ ਰਿਹਾ ਹੈ ਕਿ ਜੇ ਪਲੈਟਫਾਰਮ ਇਹ ਬਣਦਾ ਨਜ਼ਰ ਆਏਗਾ ਤੇ ਅਕਾਲੀ ਦਲ ਦੇ ਵਿੱਚੋਂ ਕੋਈ ਕੁਝ ਹੋਰ ਲੀਡਰ ਛੱਡ ਕੇ ਉਧਰ ਚਲੇ ਜਾਣਗੇ ਤੇ ਉਹ ਸਰਬੀਰ ਸਿੰਘ ਬਾਦਲ ਆਸ ਤੇ ਬਹੁਤ ਵੱਡੀ ਇੱਕ ਮੰਗਾਰ ਹੋਵੇਗੀ ਪਰ ਇਸ ਵੇਲੇ ਜਿੱਥੇ ਹੁਣ ਸਿੱਖ ਪੋਲਿਟਿਕਸ ਖੜੀ ਹੈ ਇਹਨਾਂ ਲਈ ਜੇ ਮੰਨ ਲਓ ਅਕਾਲੀ ਦਲ ਬਾਦਲ ਲਈ ਜਾਂ ਇਹਨਾਂ ਧੜਿਆਂ ਲਈ ਅੱਗੇ ਵਧਣਾ ਹੈ ਤਾਂ ਕੱਲੇ ਸਿੱਖ ਧਰਮ ਦੇ ਪ੍ਰਚਾਰ ਨਾਲ ਹੀ ਵਧਿਆ ਜਾਊਗਾ ਜਾਂ ਪੰਜਾਬ ਦੇ ਬੁਨਿਆਦੀ ਮੁੱਦੇ ਵੀ ਇਹ ਟੇਕ ਅਪ ਕਰਨਗੇ ਕਿਉਂਕਿ ਗੱਲ ਤਾਂ ਅਕਾਲੀ ਦਲ ਨੇ ਸਦਾ ਪੰਜਾਬ ਦੀ ਕੀਤੀ ਆ ਇਹ ਇਹ ਸਵਾਲ ਐਮ ਆ ਜੀ ਨਹੀਂ ਬਾਦਲ ਸਾਹਿਬ ਤਾਂ ਹੁਣ ਮਸਲੇ ਟੇਕ ਅਪ ਕਰਨ ਦੀ ਕਪੈਸਿਟੀ ਹੀ ਹੈ ਨਹੀਂ ਬਾਦਲ ਪਰਿਵਾਰ ਦੇ ਮੈਂ ਗੱਲ ਕਰਦਾ ਨਹੀਂ ਕੋਈ ਵੀ ਅਕਾਲੀ ਪੋਲਿਟਿਕਸ ਵਿੱਚ ਆਵੇ ਹਾਂਜੀ ਕੋਈ ਵੀ ਅਕਾਲੀ ਪੋਲਿਟਿਕਸ ਅੱਗੇ ਤਾਂ ਮੈਂ ਤਾਂ ਕ੍ਰੈਡੀਬਿਲਟੀ ਖਤਮ ਹੋ ਚੁੱਕੀ ਹੈ ਜਿਹੜੋਂ ਉਹਨਾਂ ਉਹ ਰਹਿ ਪਾਵਰ ਦੇ ਵਿੱਚ ਉਹਨਾਂ ਨੇ ਉਹਨਾਂ ਵੱਲ ਦੇਖਿਆ ਹੀ ਨਹੀਂ ਜਿੰਨੇ ਮੁੱਦੇ ਸੀ ਉਹ ਤਾਂ ਪੁੰਨ ਨਹੀਂ ਗਏ ਜੀ ਇਸੇ ਕਰਕੇ ਇਹਨਾਂ ਲੋਕਾਂ ਦਾ ਇਹ ਹਾਲ ਹੋਇਆ ਸੋ ਇਹ ਜੇ ਜਿੰਨਾ ਮਰਜੀ ਨਾਰੇਬਾਦੀ ਕਰ ਲੈਣ ਵੀ ਅਸੀਂ ਹੁਣ ਪੰਜਾਬ ਦੇ ਮੁੱਦੇ ਚੱਕਾਂਗੇ ਇਹਨਾਂ ਤੇ ਕੋਣ ਇਤਬਾਰ ਕਰੇਗਾ ਸੋ ਇਹਨਾਂ ਦੀ ਆਪਣੀ ਹੀ ਜਿਹੜੀ ਕੋਟਰੀ ਹੈ ਉਹ ਇਤਬਾਰ ਕਰੀ ਜਾਏ ਗੱਲ ਵੱਖਰੀ ਹੈ ਉਹਨਾਂ ਦੇ ਆਪਣੇ ਇੰਟਰਸਟ ਹੈਗੇ ਲੇਕਿਨ ਅਕਾਰਿਦਨ ਇਸ ਪੈਸਟੀ ਦੇ ਵਿੱਚ ਨਹੀਂ ਆਈ ਦੀ ਤਰੀਕ ਦੇ ਵਿੱਚ ਨਾ ਹੀ ਇਹਨਾਂ ਦੇ ਲੈਤੀ ਮਿਸੀ ਉਹ ਛੋਟੇ ਕੱਪ ਕਰਨ ਦੇ ਇਹ ਤਾਂ ਨਵੀਂ ਲੀਡਰਸ਼ਿਪ ਉੱਡੇ ਨਵੀਂ ਲੀਡਰਸ਼ਿਪ ਤੇ ਹਾਂ ਅਲਟਰਨੇਟਿਵ ਪੋਲਿਟਿਕਸ ਹੈ ਅਕਾਲੀ ਦਲ ਦੀ ਬਦਲਵੀਂ ਰਾਜਨੀਤੀ ਜਿਹੜੀ ਹੋਊਗੀ ਉਹਨੂੰ ਨਰੋਲ ਪੰਥਕ ਮੁੱਦੇ ਜਿਵੇਂ ਬੰਦੀ ਸਿੱਖਾਂ ਦਾ ਮੁੱਦਾ ਹੈ ਜਾਂ ਬਾਕੀ ਆਨੰਦਪੁਰ ਸਾਹਿਬ ਦੇ ਮਤੇ ਦੀ ਵੀ ਗੱਲ ਕਿਤੇ ਕਿਤੇ ਉੱਪਰ ਲੱਗ ਪੈਂਦੀ ਹੈ ਲੇਕਿਨ ਬੁਨਿਆਦੀ ਮੁੱਦੇ ਤਾਂ ਪੰਜਾਬ ਦੇ ਨੇ ਤੁਹਾਨੂੰ ਲੱਗਦਾ ਜਿਹੜੀ ਅਲਟਰਨੇਟਿਵ ਪੋਲਿਟਿਕਸ ਆ ਉਹ ਵੀ ਇਹਨਾਂ ਮਾਮਲਿਆਂ ਦੇ ਵਿੱਚ ਥੋੜਾ ਜਿਹਾ ਨਤਾਰਾ ਕਰਕੇ ਚੱਲੇ ਤਾਂ ਬਿਹਤਰ ਹੋਊਗਾ ਲੈ ਨਵੇਂ ਸਿਚੁਏਸ਼ਨ ਦੇ ਵਿੱਚ ਜਿਹੜੀ ਸਿਆਸਤ ਆ ਸਿੱਖਾਂ ਦੀ ਉਹ ਕੀ ਹੋਣੀ ਚਾਹੀਦੀ ਹੈ ਹਰਪੁਰ ਸਾਹੂ ਦਾ ਮਤਾ ਅੱਜ ਦੇ ਜਵਾਨੇ ਦੇ ਵਿੱਚ ਕਿਸ ਰੂਪ ਦੇ ਵਿੱਚ ਰਿਲੇਵੈਂਟ ਹੈ ਇਹ ਸਾਰਾ ਸਟੱਡੀ ਕਰਨਾ ਪਏਗਾ ਤੇ ਹੈ ਹੀ ਪਾਣੀ ਦਾ ਮਸਲਾ ਹੈ ਅੱਜ ਦੀ ਡੇਟ 'ਚ ਕਿੰਨੇ ਇਹਦੀ ਕੀ ਦਸ਼ਾ ਤਾਂ ਦਿਸ਼ਾ ਹੋਏਗੀ ਇਹ ਸਾਰਾ ਨਵੇਂ ਸਿਰੇਓ ਘੋਕਣਾ ਪਏਗਾ ਜੋ 40 ਸਾਲ ਪਹਿਲਾਂ ਜਿੱਥੇ ਖੜੇ ਸੀਗੇ ਜੇ ਕੋ ਵੀ ਅੱਜ ਉਹਨਾਂ ਨਾਰਿਆਂ ਤੇ ਹੀ ਅਸੀਂ ਅੱਗੇ ਵੱਧ ਸਕਦੇ ਹਾਂ ਤੇ ਮੇਰੇ ਖਿਆਲ ਦੇ ਵਿੱਚ ਇਹ ਪੋਸੀਬਲ ਨਹੀਂ ਹੋਏਗਾ ਹੌਨ ਜਨਰੇਸ਼ਨ ਬਦਲ ਚੁੱਕੀ ਹੈ ਹੁਣ ਦੇ ਜਨਰੇਸ਼ਨ ਨੂੰ ਇਹ ਨਹੀਂ ਪਤਾ ਕਿ ਉਸ ਵळे ਕੀ ਹੋਇਆ ਸੀ ਨੰਬਰ 2 ਤੁਸੀਂ ਕਹਿੰਦੇ ਸਿਰਫ ਪ੍ਰਚਾਰ ਨਾਲ ਇਹ ਗੱਲ ਤੁਰ ਸਕਦੀ ਹੈ ਜਾਂ ਬੰਦੇ ਚਾਹੀਦੇ ਇਹਨਾਂ ਨਾਲ ਇੱਕ ਇਸ਼ੂ ਹੋਰ ਵੀ ਹੈ ਜੋ ਪ੍ਰਚਾਰ ਦੇ ਵੀ ਗੱਲ ਕਰਦੇ ਸਿੱਖਾ ਦਾ ਰੋਲ ਮਾਡਲ ਰੋਲ ਮਾਡਲ ਕੋਈ ਨਹੀਂ ਇਸ ਵळे ਜੀ ਕੋਈ ਇੱਕ ਲੀਡਰ ਇਸ ਵळे ਹੋਵੇ ਜਿਹਦੇ ਬਾਰੇ ਤੁਸੀਂ ਕਹਿ ਸਕੋ ਕਿ ਇਹ ਸਿੱਖਾ ਦਾ ਰੋਲ ਮਾਡਲ ਹੋ ਸਕਦਾ ਹੈ ਮੇਰੇ ਖਿਆਲ ਦੇ ਵਿੱਚ ਤਾਂ ਨਹੀਂ ਇੱਕ ਕਮਿਟਮੈਂਟ ਤੇ ਔਨੈਸਟੀ ਦੀ ਜਿਹੜੀ ਸੀ ਸਿਆਸਤ ਉਹ ਖਤਮ ਹੋ ਚੁੱਕੀ ਹੈ ਪਰ ਉਸ ਜਿਹੜੀ ਸਿਆਸਤ ਹੈ ਉਹਦਾ ਸਿੰਬਲ ਇਸ ਵੇਲੇ ਕੋਈ ਨਹੀਂ ਹੈ ਜਦੋਂ ਮੈਂ ਰੋਲ ਮਾਡਲ ਕਹਿੰਨਾ ਮੈਂ ਉਸ ਸਿਆਸਤ ਦਾ ਸਿੰਬਲ ਦੀ ਗੱਲ ਕਰਦਾ ਪਰ ਮਸਲਾ ਅਡਰੈਸ ਕਿਵੇਂ ਹੋ ਗਏ ਹਾਂ ਇਹ ਇਹ ਤਾਂ ਫਿਰ ਕਿਵੇਂ ਹੋਏਗਾ ਇਹ ਤਾਂ ਹੁਣ ਪਤਾ ਹੀ ਜਾਣਿਆ ਕਿਵੇਂ ਹੋਏਗਾ ਇਸ਼ੂ ਵੱਡਾ ਹੈ ਲੇਕਿਨ ਰੋਲ ਮਾਡਲ ਦੇ ਵੀ ਘਾਟ ਹੈ ਤੇ ਕਮਿਟਮੈਂਟ ਦੇ ਵੀ ਘਾਟ ਹੈ ਮੈਨੂੰ ਇਹ ਜ਼ਰੂਰ ਮੈਨੂੰ ਇਹ ਜ਼ਰੂਰ ਦੱਸਿਓ ਕਿ ਕੀ ਕਿਸੇ ਹੋਰ ਖੇਤਰ ਦੇ ਵਿੱਚੋਂ ਵੀ ਕੋਈ ਪੋਲਿਟਿਕਸ ਵਿੱਚ ਛਾਲ ਮਾਰ ਕੇ ਵੀ ਕੋਈ ਵਿਅਕਤੀ ਵਿਸ਼ੇਸ਼ ਦੇਖੋ ਜ਼ਰੂਰੀ ਤਾਂ ਪੋਲਿਟਿਕਸ ਹੋਣ ਕੋਈ ਟ੍ਰੇਨਿੰਗ ਤਾਂ ਹੈ ਨਹੀਂ ਕਿ ਤੁਸੀਂ ਬੁਨਿਆਦ ਤੋਂ ਹੀ ਤੁਰਨਾ ਹੈ ਜਿਹੜਾ ਕੋਈ ਬਹੁਤ ਸੁਹਿਰਦ ਪੰਜਾਬ ਤੇ ਸਿੱਖੀ ਪ੍ਰਤੀ ਹੋਵੇ ਤੁਹਾਨੂੰ ਕੋਈ ਐਸਾ ਵੀ ਵਿਅਕਤੀ ਲੱਗਦਾ ਹੈ ਪੂਰੇ ਦ੍ਰਿਸ਼ ਵਿੱਚ ਤੁਹਾਨੂੰ ਦੂਰ ਤੱਕ ਵੀ ਕਿਸੇ ਹੋਰ ਖੇਤਰ 'ਚ ਬੈਠਾ ਕਿਉਂਕਿ ਜੇ ਐਡਾ ਵੱਡਾ ਬੈਕੀਅਮ ਆ ਤਾਂ ਕਿੱਥੇ ਜਾਵਾਂ ਨਹੀਂ ਮੈਂ ਨਾ ਕਿਸੇ ਦਾ ਨਹੀਂ ਲੈਂਦਾ ਹੁੰਦਾ ਇਹ ਮੇਰੀ ਆਰਥਿਕ ਹੀ ਨਹੀਂ ਮੈਂ ਕਿਸੇ ਦਾ ਨਾ ਥਰੋਅ ਅਪ ਕਰਾਂ ਇਹ ਤਾਂ ਕਿਸੇ ਪਾਸੇ ਵੀ ਬੰਦਾ ਆ ਸਕਦਾ ਕੋਈ ਸਡਨਲੀ ਕਿਸੇ ਪਾਸਿਓ ਕੋਈ ਕਮਿਟਡ ਆਦਮੀ ਸੀਨ ਤੇ ਮਰਜ ਹੋਵੇ ਤੇ ਉਹ ਲੋਕਾਂ ਨੂੰ ਨਾਲ ਲੈ ਕੇ ਤੁਰ ਪਏ ਇਹ ਪੋਸੀਬਲ ਹੈ ਮੈਂ ਇਹ ਕਦੇ ਵੀ ਰੂਲ ਆਊਟ ਨਹੀਂ ਕਰਦਾ ਜ਼ਰੂਰੀ ਨਹੀਂ ਕਿ ਅਕਾਲੀ ਦਲ ਦੇ ਵਿੱਚੋਂ ਹੀ ਹੋਵੇ ਉਹ ਮੈਂ ਕਹਿੰਦਾ ਭਾਵੇਂ ਕਾਂਗਰਸ ਵਿੱਚੋਂ ਤੇ ਭਾਵੇਂ ਬੀਜੇਪੀ ਦੇ ਵਿੱਚੋਂ ਲੇਕਿਨ ਕਮਿਟਮੈਂਟ ਇੱਕ ਹੋਵੇ ਪੰਜਾਬ ਦੇ ਪ੍ਰਤੀ ਪੰਜਾਬ ਦੇ ਲੋਕਾਂ ਪ੍ਰਤੀ ਤੇ ਸਿੱਖਾਂ ਦੇ ਪ੍ਰਤੀ ਅੱਛਾ ਜਿਹੜਾ ਸਾਰਾ ਸੀਨ ਹੈ ਜੀ ਇਸ ਵੇਲੇ ਮੈਂ ਗੱਲ ਨੂੰ ਖਤਮ ਕਰਨ ਵਾਲੇ ਪਾਸੇ ਲੈ ਜਾਣਾ ਸਾਰੇ ਸੀਨ ਦੇ ਵਿੱਚ ਭਾਵੇਂ ਦਿੱਲੀ ਕਮੇਟੀ ਦੇ ਅਹੁਦੇਦਾਰ ਬੈਠੇ ਸੀ ਇੱਥੇ ਆ ਕੇ ਭਾਵੇਂ ਬਾਦਲਕਿਆਂ ਦੇ ਵਿੱਚ ਵੀ ਕੁਝ ਲੋਕ ਬਾਗਿਆਨਸੁਰ ਰੱਖ ਕੇ ਬੈਠੇ ਆ ਜਿਹੜੇ ਕਹਿੰਦੇ ਆ ਕਿ ਇਹ ਪੋਲਿਟਿਕਸ ਠੀਕ ਨਹੀਂ ਹੋਣ ਇਹਨੂੰ ਠੀਕ ਦਿਸ਼ਾ ਵੱਲ ਤੁਹਾਨੂੰ ਇੱਥੇ ਐਸ ਵੇਲੇ ਕਿਸ ਚੀਜ਼ ਦੀ ਲੋੜ ਲੱਗਦੀ ਆ ਕਿਸੇ ਖੇਤਰੀ ਕਿਉਂਕਿ ਆਮ ਆਦਮੀ ਪਾਰਟੀ ਜੜ ਨਾਲ ਤਾਂ ਜੁੜ ਨਹੀਂ ਰਹੀ ਆਮ ਆਦਮੀ ਪਾਰਟੀ ਕੋਸ਼ਿਸ਼ ਵੀ ਨਹੀਂ ਕਰ ਰਹੀ ਕਿ ਇੱਥੋਂ ਦੀ ਬਹੁ ਗਿਣਤੀ ਦੇ ਮਾਮਲਿਆਂ ਨੂੰ ਉਹਨਾਂ ਦੇ ਮੂਲ ਰੂਪ ਵਿੱਚ ਐਡਰੈਸ ਹੀ ਕਰ ਲਿਆ ਜਾਵੇ ਸੋ ਇਥੋਂ ਖੇਤਰੀ ਪਾਰਟੀ ਦੀ ਸੰਭਾਵਨਾ ਦਾ ਕੋਈ ਦੇਖਦੇ ਹੋ ਜਾਂ ਇੱਥੇ ਸਿੱਖ ਪਾਰਟੀ ਅੱਗੇ ਵੱਧ ਸਕਦੀ ਹੈ ਹੁਣ ਇਸ ਸੀਨ ਦੇ ਵਿੱਚ ਹੋਪ ਕੀ ਹੈ ਇੱਥੇ ਕੀ ਦੇਖਦੇ ਹੋ ਸਰ ਸਪੇਸ ਖਾਲੀ ਪਈ ਹੈ ਜੀ ਇਸ ਵਕਤ ਮੈਂ ਲਗਾਤਾਰ ਗੱਲ ਕਰ ਰਿਹਾ ਪੰਜਾਬ ਵਿੱਚ ਇੱਕ ਬਹੁਤ ਵੱਡੀ ਸਪੇਸ ਖਾਲੀ ਪਈ ਹੈ ਪਹਿਲਾ ਵਿਚਾਰ ਸੀ ਕਿ ਆਮ ਆਦਮੀ ਪਾਰਟੀ ਉਹ ਸਪੇਸ ਲੈ ਲਏਗੀ ਇਹ ਪਾਰਟੀ ਸਿੱਖਾਂ ਦੀ ਬੈਕਿੰਗ ਨਾਲ ਹੀ ਅੱਗੇ ਮਰਜ ਹੋਈ ਸੀ ਇਹ ਵੀ ਧਿਆਨ ਰੱਖੋ ਜੀ ਇਹਨਾਂ ਪਿਛਲੇ ਡਰਾਈਵਿੰਗ ਫੋਰਸ ਸਿਕਸਿੰਗ ਹੂੰ ਤੇ ਅੱਜ ਵੀ ਉਹ ਸਪੇਸ ਖਾਲੀ ਪਈ ਹੈ ਜਿਸ ਪਾਸੇ ਇਹਨਾਂ ਨੂੰ ਵਧਣਾ ਚਾਹੀਦਾ ਸੀਗਾ ਉਸ ਪਾਸੇ ਨਹੀਂ ਵਧੇ ਜਦੋਂ ਇਹਨਾਂ ਨੇ ਮੈਨੂੰ ਵਾਰ-ਵਾਰ ਇਹ ਗੱਲ ਕਰਨੀ ਪੈਂਦੀ ਹੈ ਰਾਜਸਭਾ ਦੀ ਨਾਮਿਨੇਸ਼ਨ ਕੀਤੀਆਂ ਉੱਥੇ ਇਹ ਗਲਪੜ ਸਾਰੀ ਹੋ ਗਈ ਸੀ ਹੂੰ ਉੱਥੇ ਇਹਨਾਂ ਦੀ ਪੰਜਾਬ ਬਾਰੇ ਜਿਹੜੀ ਕਵਰਟਮੈਂਟ ਸੀ ਉਹ ਐਕਸਪੋਜ਼ ਹੋ ਗਈ ਸੀ ਸੋ ਤਾਂ ਇਹ ਕਹਨਗੇ ਪੰਜਾਬ ਨੂੰ ਲੋੜ ਹੈ ਬੁਚਡ ਲੀਡਰ ਦੇ ਕਮਿਊਨਿਟੀ ਪਾਰਟੀ ਦੀ ਉਹ ਸਪੇਸ ਖਾਲੀ ਪਈ ਹੈ ਜੇ ਕੱਲ ਨੂੰ ਆਪ ਆਪਣੇ ਆਪ ਨੂੰ ਕਨਵਰਟ ਕਰਕੇ ਲੋਕਾਂ ਸਾਹਮਣੇ ਉਸ ਰੂਪ ਵਿੱਚ ਆਵੇ ਤਾਂ ਵਧੀਆ ਗੱਲ ਹੋਵੇ। ਵੈਸੇ ਇਨ ਟੋਟੈਲਿਟੀ ਜੇਕਰ ਵੱਖ-ਵੱਖ ਪਾਰਟੀਆਂ 'ਚ ਬੈਠੇ ਸਹਿird ਲੋਕ ਕਦੇ ਕਿਸੇ ਤਰੀਕੇ ਨਾਲ ਵੈਸੇ ਸੰਭਵ ਨਹੀਂ ਹੁੰਦਾ ਇਹ ਐਕਸਪੈਰੀਮੈਂਟ ਵੀ ਨਹੀਂ ਕੀਤਾ ਜਾ ਸਕਦਾ। ਅਤੀਤ ਵਿੱਚ ਕਦੇ ਵੀ ਬੀਤ ਬਗੇ ਵਿੱਚ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਕਾਫੀ ਸਾਰੇ ਸਹਿird ਬੰਦੇ ਇੱਕ ਕਿਸੇ ਵੱਖਰੀ ਜਗ੍ਹਾ ਤੇ ਇਕੱਠੇ ਹੋ ਜਾਣ ਪਲੈਟਫਾਰਮ ਤੇ ਤਾਨੂੰ ਲੱਗਦਾ ਕਿਉਂਕਿ ਨਵੀਂ ਪਾਰਟੀ ਖੜੀ ਕਰਕੇ ਉਹਨੂੰ ਉਹਨੇ ਉਭਾਰ ਨਾਲ ਅੱਗੇ ਲੈ ਕੇ ਜਾਣਾ ਨਵੀਂ ਧਿਰ ਖੜੀ ਕਰਨੀ ਕਾਫੀ ਟਫ ਹੁੰਦੀ ਹੈ ਔਰ ਜੇਕਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਜਿਹੜੇ ਟਾਈਮ ਟੈਸਟਡ ਹੋਣ ਹਾਲਾਂਕਿ ਅੱਜ ਇਹ ਵੀ ਸੰਕਟ ਹੈ ਕਿ ਟਾਈਮ ਟੈਸਟਡ ਹੈ ਕੌਣ ਤੋਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਸੰਭਾਵਨਾ ਵੀ ਕਿਤੇ ਕਿਤੇ ਲੋਡ ਚੋਂ ਨਿਕਲ ਆਉਂਦੀ ਮੰਨ ਲਓ ਜੈ ਚੰਚਿਤ ਸ਼ਰੋਮਣੀ ਕਮੇਟੀ ਆ ਜਾਂਦੀ ਹੈ ਜੇ ਕੇਂਦਰ ਮਨ ਬਣਾ ਲੈਂਦਾ ਤਾਂ ਕਾਫੀ ਸਾਰਾ ਇੱਕ ਵੱਡਾ ਗਰੁੱਪ ਇੱਕ ਜਗ੍ਹਾ ਇਕੱਠਾ ਹੋ ਜੇ ਜਿਨ੍ਹਾਂ ਦੇ ਚਿਹਰੇ ਮੋਰੇ ਕਾਫੀ ਸਾਰੇ ਹੋ ਇੱਕ ਐਫਰਟ ਹੋਰ ਤਰ੍ਹਾਂ ਹੋਈ ਸੀ ਉਹ ਸੀ ਕਿ ਪੰਜਾਬ ਦਾ ਇੱਕ ਮਿਨਿਮਮ এজেন্ডਾ ਉੱਤੇ ਆਮ ਸਹਿਮਤੀ ਬਣੇ ਉਹ ਮੂਵ ਚੱਲੀ ਸੀ ਕੁੜੀ ਜੰਗ ਐਮ ਐਲ ਏ ਸੀਗੇ ਕਿਸੇ ਜ਼ਮਾਨੇ ਦੇ ਵਿੱਚ ਉਹਨਾਂ ਨੇ ਤੇ ਉਹਨਾਂ ਦੇ ਅੱਗੇ ਲੱਗੇ ਸੀ ਸਰਦਾਰ ਮਨਪ੍ਰੀਤ ਸਿੰਘ ਜੀ ਬਾਦ ਜੀ ਤੇ ਤੁਹਾਡੇ ਅਵਸਰ ਦੇ ਵਿੱਚ ਹੀ ਉਹਨਾਂ ਦਾ ਪਹਿਲਾ ਸੈਮੀਨਾਰ ਹੋਣਾ ਸੀਗਾ ਉਸ ਤੋਂ ਬਾਅਦ ਦਬਕਾ ਵੱਜ ਗਿਆ ਤੇ ਸਾਰਾ ਕੁਝ ਵਿਚਾਈ ਰਹਿ ਗਿਆ ਹੂੰ ਜਦੋਂ ਮਨਪ੍ਰੀਤ ਉਰੀ ਆਏ ਆ ਉਦੋਂ ਤੇ ਉਹਨਾਂ ਤਾਂ ਵੀ ਲੋਕਾਂ ਦੀ ਬੜੀਆਂ ਸਾਸ ਸੀ ਧਿਆਨ ਪਿੱਛੇ ਧਿਆਨ ਦੇ ਕੇ ਮਾਰਗੇ ਤਾਂ ਔਰ ਜਦੋਂ ਉਹਨਾਂ ਨੇ ਖਟ 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 ਖੜਾ ਉਹਨਾਂ ਨੇ ਆਪਦੀ ਕਾਨਫਰੰਸ ਕੀਤੀ ਕਿ ਆ ਕਮਾਲ ਦਾ ਕੱਠ ਸੀ ਉਹ ਲੋਕ ਆਪ ਆ ਪਹੁੰਚੇ ਸੀ ਆਪੋ ਆਰੇ ਤਾਂ ਮੈਂ ਕਹਿੰਨਾ ਕਿ ਅਜ ਵੀ ਸਵੇਸ ਥਾਲੀ ਪਈਏ ਉਹ ਕੱਠ ਅਜ ਵੀ ਮੌਜੂਦ ਉਹਨਾਂ ਨੂੰ ਅਜ ਵੀ ਲੀਡਰ ਦੀ ਲੋੜ ਹੈ ਇਹ ਇਹੀ ਇਕੱਠ ਦੂਜੀ ਵਾਰੀ ਬਠਿੰਡੇ ਦੇ ਵਿੱਚ ਵਲੰਟੀਅਰ ਕਨਵੈਨਸ਼ਨ ਦੇ ਰੂਪ ਚ ਹੁੰਦਾ ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਐਲਓਪੀ ਦੇ ਉਹਦੇ ਤੋਂ ਹਟਾਇਆ ਜਾਂਦਾ ਉਦੋਂ ਵੀ ਲੋਕ ਆ ਮਹਾਰੇ ਆਏ ਸੀ ਨਹੀਂ ਮੈਂ ਹੋਰ ਕਿਸੇ ਬਾਰੇ ਕੋਈ ਗੱਲ ਨਹੀਂ ਕਰਨੀ ਜੀ ਪਰ ਮੈਂ ਮੈਂ ਇਹ ਸਮਝਦਾ ਕਿ ਲਾਸਟ ਗੱਲ ਆਖਰੀ ਗੱਲ ਕਿ ਤੁਹਾਡਾ ਵਿਊ ਪੁਆਇੰਟ ਇਸ ਤਰ੍ਹਾਂ ਦੀਆਂ ਪਰਸਥਿਤੀਆਂ ਕਿੰਨੀ ਕੁ ਦੇਰ ਰਹਿੰਦੀਆਂ ਨੇ ਇਸ ਤਰ੍ਹਾਂ ਦਾ ਖੜਾ ਕਿੰਨੀ ਕੁ ਦੇਰ ਕਾਇਮ ਰਹਿੰਦਾ ਹੈ ਸਪੇਸ ਕਿੰਨੀ ਕੁ ਦੇਰ ਤੱਕ ਖਾਲੀ ਰਹਿ ਸਕਦੀ 2024 ਤੋਂ ਪਹਿਲਾਂ ਸਪੇਸ ਭਰ ਜਾਏਗੀ ਮੇਰੇ ਖਿਆਲ ਦੇ ਵਿੱਚ ਉਸ ਇਲੈਕਸ਼ਨ ਤੋਂ ਪਹਿਲਾਂ ਸੀਨ ਬਦਲਣਾ ਸ਼ੁਰੂ ਹੋ ਜਾਏਗਾ ਜਿਹੜੇ ਹੁਣ ਦੇ ਐਫਰਟ ਹੋ ਰਹੀ ਹੈ ਸਾਰੇ ਪਾਸਿਓ ਉਹ ਇਹੀ ਹੋ ਰਹੀ ਹੈ ਕਿ ਉਹ ਜਿਹੜਾ ਸਪੇਸ ਹੈ ਉਹਨੂੰ ਭਰੇ ਜਾਂਦੇ ਬਹੁਤ ਮਿਹਰਬਾਨੀ ਸਰ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਦਾ